ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਨਜ਼ਦੀਕ ਅੱਡਾ ਖੁਸ਼ੀਪੁਰ ਵਿਖੇ ਇੱਕ ਨੌਜਵਾਨ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਲਿਆਂ ਵੱਲੋਂ ਲਾਸ਼ ਨੂੰ ਰੋਡ 'ਤੇ ਰੱਖ ਕੇ ਚੱਕਾ ਜਾਮ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਉਹਨਾਂ ਦੇ ਵੱਡੇ ਭਰਾ ਸਰਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਤਰਲੋਕ ਸਿੰਘ ਪਿਤਾ ਸਰਦਾਰ ਸ਼ਿੰਗਾਰਾ ਸਿੰਘ ਕਲਾਨੌਰ ਤੋਂ ਆਪਣੀ ਦਵਾਈ ਲੈ ਕੇ ਆਪਣੀ ਘਰਵਾਲੀ ਦੀ ਦਵਾਈ ਲੈਣ ਜਾ ਰਿਹਾ ਸੀ। ਜਦੋਂ ਪਿੰਡ ਖੁਸ਼ੀਪੁਰ ਦੇ ਲਾਗੇ ਪਹੁੰਚਿਆ ਤਾਂ ਕਲਾਨੌਰ ਤੋਂ ਬਟਾਲੇ ਵੱਲੋਂ ਇੱਕ ਹਾਈਡਰੇ ਦੀ ਚਪੇਟ ਵਿੱਚ ਆਉਣ ਕਰਕੇ ਉਸਦੀ ਮੌਤ ਹੋ ਗਈ। ਇਸ ਮੌਕੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਲਿਆਂ ਵੱਲੋਂ ਕਲਾਨੌਰ ਅਤੇ ਬਟਾਲਾ ਰੋਡ ਲਾਸ਼ ਰੱਖ ਕੇ ਜਾਮ ਕਰਕੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ। ਮੇਰਾ ਨਾਮ ਨਰਿੰਦਰ ਸਿੰਘ ਹੈ ਜੀ। ਮਸਲਾ ਇਸ ਤਰ੍ਹਾਂ ਜੀ, ਸਾਡੇ ਪਿੰਡ ਦੇ ਗ੍ਰੰਥੀ ਸਿੰਘ ਨੇ ਭਾਈ ਤਰਲੋਕ ਸਿੰਘ ਜੀ ਇਹ ਕਲਾਨੌਰ ਤੋਂ ਦਵਾਈ ਲੈ ਕੇ ਆਏ ਆ ਅਤੇ ਆਪਣੀ ਘਰ ਦੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਸੀਗੇ। ਇੱਥੇ ਸੜਕ 'ਚ ਖਲੋ ਕੇ ਕਦੇ ਫੋਨ ਸੁਣ ਡੇ ਪਏ ਆਪਣਾ, ਪਿੱਛੋਂ ਇਹ ਹੈਗਰ ਆਇਆ ਵਾ, ਇਹਨੇ ਅਗਲੇ ਟਾਇਰ ਮਾਰ ਕੇ ਅਤੇ ਸੁੱਟਿਆ ਅਤੇ ਪਿਛਲੇ ਟਾਇਰ ਉੱਤੋਂ ਹੀ ਲੰਘੇ। ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਕਿ ਸਾਨੂੰ ਇਹਦਾ ਇਨਸਾਫ਼ ਹੋਣਾ 'ਚ ਇਕੱਲੇ ਸੀਗੇ, ਭਾਈ ਤਰਲੋਕ ਸਿੰਘ ਇਕੱਲਾ ਸੀਗਾ। ਹਾਂ, ਕਿਲੇ ਜਾ ਰਹੇ ਸੀਗੇ, ਕਿਲੇ ਆਪਣੇ ਕਿਲ੍ਹਾ ਨੱਥੂ ਸਿੰਘ ਦਾ, ਨਾ ਨੱਥੂ ਸਿੰਘ ਨਾ ਕਿਲ੍ਹਾ ਲਾਲ ਸਿੰਘ ਦਾ, ਉੱਥੇ ਜਾ ਦਵਾਈ ਆਪਣੀ ਘਰ ਦੀ ਲੈਣ ਜਾਣ ਡੇ ਸੀਗੇ ਅਤੇ ਪਿੱਛੋਂ ਇਹ ਹੈਗਰ ਆਇਆ ਵਾ, ਬਹੁਤ ਤੇਜ਼ ਰਫ਼ਤਾਰ, ਅੱਗੋਂ ਟਾਇਰ ਵੱਜੇ ਆ, ਡਿੱਗ ਪਿਆ, ਪਿਛਲੇ ਟਾਇਰ ਉੱਤੋਂ ਹੀ ਲੰਘੇ ਆ ਅਤੇ ਅਸੀਂ ਇਹਦਾ ਇਨਸਾਫ਼ ਮੰਗ ਰਹੇ ਹਾਂ। ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ ਅਸੀਂ ਉਹਨਾਂ ਚਿਰ ਧਰਨਾ ਲਾ ਕੇ ਰੱਖਾਂਗੇ। ਮੇਰਾ ਭਰਾ ਮੇਰਾ ਕੀ ਹੈ, ਹਾਂਜੀ, ਮੈਂ ਤਾਂ ਭਾਅ ਬਾਅਦ 'ਚ ਆਇਆ, ਮੈਨੂੰ ਤਾਂ ਚਾਚੇ ਦੱਸਿਆ ਨਿਰਮਲ ਸਿੰਘ ਨੇ ਵੀ ਐਕਸੀਡੈਂਟ ਹੋ ਗਿਆ ਅਤੇ ਤੇਰਾ ਭਰਾ ਪੂਰਾ ਹੋ ਗਿਆ। ਤੁਹਾਡੇ ਤੋਂ ਛੋਟਾ ਸੀ? ਅੱਜ ਮੇਰੇ ਤੋਂ ਛੋਟਾ। ਕਿੰਨੇ ਬੱਚੇ ਇਹਨਾਂ ਦੇ? ਇਹਨਾਂ ਦੇ ਦੋ ਗੁੱਡੀਆਂ ਨੇ, ਇੱਕ ਕਾਕਾ। ਕੀ ਮੰਗ ਕਰਦੇ ਪ੍ਰਸ਼ਾਸਨ? ਮੰਗ ਇੱਕੋ ਹੀ ਆ, ਜੋ ਮੇਰੇ ਪਿੰਡ ਵਾਲਿਆਂ ਮੇਰੇ ਇਲਾਕੇ ਵਾਲਿਆਂ ਰੱਖੀ ਆ, ਇਨਸਾਫ਼ ਹੋਣਾ ਚਾਹੀਦਾ, ਬਾਕੀ ਕੁਛ ਨਹੀਂ ਹੋਣਾ ਚਾਹੀਦਾ। ਕਿਉਂ ਜੋ ਕੁਝ ਇੱਥੇ ਹੁੰਦਾ ਹਰ ਬੰਦਾ ਜਾਣਦਾ, ਹਰ ਕੁਝ ਸੋਚਦਾ ਵਾ ਵੀ ਕੀ ਹੁੰਦਾ ਅਤੇ ਕੀ ਨਹੀਂ ਹੁੰਦਾ। ਇਨਸਾਫ਼ ਇਸ ਟਾਈਮ 'ਤੇ ਬਹੁਤ ਮੁਸ਼ਕਿਲ ਮਿਲਦਾ, ਮੈਂ ਤੁਹਾਨੂੰ ਸਹੀ ਗੱਲ ਦੱਸਦਾ। ਜੇ ਮੇਰੀ ਬਰਾਦਰੀ, ਮੇਰਾ ਪਿੰਡ, ਮੇਰਾ ਇਲਾਕਾ ਮੇਰੇ ਨਾਲ ਆ ਤਾਂ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ, ਜਿੱਥੇ ਸੱਦੋਗੇ ਮੈਂ ਜਾਵਾਂਗਾ, ਪਰ ਸ਼ਰਤ ਇੱਕੋ ਹੀ ਆ ਵੀ ਇਨਸਾਫ਼ ਮਿਲਣਾ ਚਾਹੀਦਾ। ਠੀਕ ਹੈ, ਜਾਣ ਦਾ ਫਾਇਦਾ ਤਾਂ ਜੇ ਬੰਦੇ ਨੂੰ ਇਨਸਾਫ਼ ਦਵਾਉਣਾ ਤਾਂ ਇਨਸਾਫ਼ ਮਿਲਣਾ ਚਾਹੀਦਾ। ਚਲੋ, ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਬਜ਼ੁਰਗ ਬੈਠੇ ਨੇ, ਮੇਰੇ ਚਾਚੇ ਤਾਏ ਬੈਠੇ ਨੇ, ਜਿੰਨਾ ਚਿਰ ਇਹ ਨਾ ਕਹਿਣਗੇ ਮੈਂ ਉਹਨਾਂ ਚਿਰ ਲਾਸ਼ ਨਹੀਂ ਇੱਥੋਂ ਚੁੱਕਣ ਦੇਣੀ। ਪਿੰਡ ਮੈਨੂੰ ਕਹੂਗਾ, ਮੇਰਾ ਇਲਾਕਾ ਕਹੂਗਾ, ਅਤੇ ਤਾਂ ਸੱਜਣੋਂ ਮੈਂ ਚੁੱਕਣ ਦੇਣੀ ਹੈ, ਭਾਵੇਂ ਦੋ ਦਿਨ ਇੱਥੇ ਦੇ, ਭਾਵੇਂ ਚਾਰ ਦਿਨ। ਕਹਿਣ ਡਿਆ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ, ਪਿੰਡ ਪਾਣਾ ਦੱਸੋ ਕਿਉਂ ਚਲਾ ਦੱਸ। ਠੀਕ ਆ, ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ, ਜੋ ਘੁੰਮਿਆ ਮਾਲਕ ਦਾ ਹੋ ਗਿਆ। ਠੀਕ ਹੈ। ਅੱਜ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਖੁਸ਼ੀਪੁਰ ਰਕਬਾ ਜਿਹੜਾ ਪੈਂਦਾ ਮੇਨ ਰੋਡ ਬਟਾਲਾ, ਉੱਥੇ ਇੱਕ ਰੋਡ ਐਕਸੀਡੈਂਟ ਹੋਇਆ, ਜਿੱਥੇ ਪਹੁੰਚੇ ਹਾਂ ਇੱਥੇ ਆਪਾਂ, ਅਤੇ ਇੱਥੇ ਗ੍ਰੰਥੀ ਸਿੰਘ ਨੇ ਤਰਲੋਕ ਸਿੰਘ ਸਾਹਿਬ ਸ਼ਿੰਗਾਰਾ ਸਿੰਘ ਪਿੰਡ ਖੁਸ਼ੀਪੁਰ ਤੋਂ, ਇਹ ਗ੍ਰੰਥੀ ਸਿੰਘ ਸੇਵਾ ਕਰਦੇ ਆ ਪਿੰਡ ਖੁਸ਼ੀਪੁਰ ਰਹਿਣ ਵਾਲੇ, ਇਹਦੇ ਕਿ ਮੋਟਰਸਾਈਕਲ 'ਤੇ ਆ ਰਹੇ ਸੀ ਅਤੇ ਹੈਡਰਾ ਮਸ਼ੀਨ ਜਿਹੜੀ ਆ ਕਰੇਨ ਜੀ ਹੁੰਦੀ ਆ ਆ ਰਹੀ ਕਲਾਨੌਰ ਤੋਂ, ਅਤੇ ਗੁਰਦੀਪ ਸਾਹਿਬ 3:30 'ਤੇ ਕਰੇਨ ਵੱਜਣ ਨਾਲ ਮੌਕੇ 'ਤੇ ਉਹਦੀ ਗ੍ਰੰਥ ਸਿੰਘ ਦੀ ਮੌਤ ਹੋ ਗਈ ਆ। ਹੈਡਰ ਦਾ ਜਿਹੜਾ ਡਰਾਈਵਰ ਆ ਉਹ ਮੌਕੇ ਤੋਂ ਫਰਾਰ ਹੈ, ਉਹਦਾ ਨਾਮ ਪਤਾ ਕੀਤਾ ਜਾ ਰਿਹਾ ਅਤੇ ਕਾਨੂੰਨੀ ਕਾਰਵਾਈ ਸਮਝ ਲਈ ਜਾ ਰਹੀ ਹੈ। ਪਿੰਡ ਵਾਲੇ ਖੁਸ਼ੀਪੁਰ ਤੋਂ ਆਏ, ਆਪਣਾ ਖੁਸ਼ੀਪੁਰ ਤੋਂ ਆਏ, ਉਹਨਾਂ ਜਿਹੜੇ ਪਿੰਡ ਵਾਲੇ ਵਾਸੀ ਉਹ ਆਏ ਇੱਥੇ। ਮੰਗੋ ਪਰਚਾ ਕਹਿਣ ਡੇ ਨਾਲ ਡਰਾਈਵਰ, ਕਿਤੇ ਲੱਭੋ ਡਰਾਈਵਰ, ਲੱਭ ਰਹੇ ਕਰ ਰਹੇ ਪਤਾ ਡਰਾਈਵਰ ਬਾਰੇ, ਪਰਚਾ ਦੇ ਰਹੇ ਜੋ ਬੰਦੀ ਕਾਰਵਾਈ ਕਰ ਰਹੇ। ਇੰਡੀਆ ਕ੍ਰਾਈਮ ਨਿਊਜ਼।
ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।